ਤੇ ਉਹਨਾਂ ਦੀ ਸ਼ਹਾਦਤ ਦੇ ਬਾਰੇ ਆਪਾਂ ਚਾਨਣਾ ਪਾਉਣਾ ਹੈ। ਵੈਸੇ ਇਸ ਜ਼ੁਬਾਨ ਦੇ ਅੰਦਰ ਇਤਨੀ ਤਾਕਤ ਨਹੀਂ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਜੀਵਨ ਬਾਰੇ ਬਿਆਨ ਕਰ ਸਕੇ, ਪਰ ਸਤਿਗੁਰੂ ਅਸੀਸ ਦਰਸ਼ਨ ਸਤਿਗੁਰਾਂ ਜੀ ਦੀ ਕਿਰਪਾ ਸਦਕਾ ਅੱਜ ਆਪਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪੁਸਤਕ ਕਰਕੇ ਉਹਨਾਂ ਦੀ ਸ਼ਹੀਦੀ ਦੇ ਬਾਰੇ ਜ਼ਿਕਰ ਕਰਕੇ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ। ਇਸ ਕਰਕੇ ਜਿਤਨੇ ਵੀ ਸਰੀਰ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਹੋ, ਦਿਓ ਪਿਆਰ ਦਾ ਸਬੂਤ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਗੱਜ ਕੇ ਫਤਿਹ ਪ੍ਰਵਾਨ ਕਰੋ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਨੇ, ਉਹਨਾਂ ਦੇ ਸ਼ਬਦ ਵਰਤੇ ਉਹਨਾਂ ਦੀ ਗਵਾਰ ਹੈ, ਤੁਸੀਂ ਅਕਸਰ ਉਹ ਸ਼ਬਦ ਕੀਰਤਨ ਰੂਪ ਸ਼ਰਵਣ ਕਰਦੇ ਹੋ। ਗੁਰ ਅਰਜਨ ਵਿਟੋ ਗੁਰਬਾਣੀ, ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਦਾ ਸ਼ਬਦ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਨਹੀਂ। ਸਾਨੂੰ ਗਿਆਨ ਹੋਣਾ ਚਾਹੀਦਾ ਹੈ ਵੀ ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਇਹ ਗੁਰਬਾਣੀ ਦੇ ਸ਼ਬਦ ਨੇ। ਰਹਿੰਦੇ ਗੁਰ ਦਰਿਆਓ ਵਿੱਚ ਨੀਂਦ ਕੁਲੀਨ ਹੇਤ ਦਰਬਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ, ਇਹ ਸਾਰਾ ਸ਼ਬਦ ਭਾਈ ਸਾਹਿਬ ਜੀ ਹੋਰਾਂ ਨੇ ਕੀਰਤਨ ਸ਼ਰਵਣ ਵੀ ਕੀ ਕਰਵਾਇਆ ਸੀ ਆਪਣੇ ਨੂੰ। ਅਖੀਰ ਵਿੱਚ ਪੰਕਤੀ ਹੁੰਦੀ ਹੈ ਗੁਰ ਅਰਜਨ ਵਿਟੋ ਗੁਰਬਾਣੀ, ਇਹ ਸ਼ਬਦ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਬਾਰੇ। ਆਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕਿਰਪਾ ਸਦਕਾ ਆਪਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣਨਾ ਹੈ। ਆਪ ਜੀ ਦਾ ਧਿਆਨ ਰਹਿੰਦੇ ਸਮੇਂ ਵਿੱਚ ਹੀ ਮੈਂ ਲਾਹੌਰ ਤੋਂ ਲੈ ਕੇ ਫਿਰ ਆਪਾਂ ਲਾਹੌਰ ਤੇ ਆ ਕੇ ਸਮਾਪਤੀ ਕਰ ਦੇਣੀ ਹੈ। ਲਾਹੌਰ ਤੋਂ ਸ਼ੁਰੂ ਕਰਦੇ ਹਾਂ ਤੇ ਲਾਹੌਰ ਤੇ ਆ ਕੇ ਸ਼ਹਾਦਤ ਹੁੰਦੀ ਹੈ, ਲਾਹੌਰ ਦੀ ਆਪਾਂ ਸਮਾਪਤੀ ਕਰਾਂਗੇ। ਥੋੜ੍ਹਾ ਜਿਹਾ ਪਿਛੋਕੜ, ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਲਾਹੌਰ ਚੂਨਾ ਮੰਡੀ ਦੇ ਵਿੱਚ। ਪਿਤਾ ਜੀ ਦਾ ਸਾਇਆ ਸਿਰ ਟੁੱਟ ਗਿਆ, ਮਾਤਾ ਦਾ ਸਾਇਆ ਸਿਰ ਟੁੱਟ ਗਿਆ, ਦੁਨੀਆਂ ਦੇ ਯਤੀਮ ਕਹਿਣਾ ਸ਼ੁਰੂ ਕਰ ਦਿੱਤਾ, ਨਾਨੀ ਸਹਾਰਾ ਬਣੀ ਆਪਣੇ ਦੋਤਰੇ ਦਾ ਤੇ ਸਹਾਰਾ ਬਣ ਕੇ ਆਪਣੇ ਕੋਲ ਲੈ ਆਈ, ਭਾਵੇਂ ਆਪਣੇ ਕੋਲ ਕੁਝ ਹੈ ਸੀ ਜਾਂ ਨਹੀਂ ਸੀ, ਬੰਦਾ ਇਹ ਨਹੀਂ ਵੇਖਦਾ ਕਿ ਹੈ ਜਾਂ ਨਹੀਂ, ਜੋ ਆਪਣਾ ਹੁੰਦਾ ਹੈ ਉਹ ਆਪਣੇ ਦਾ ਫਰਜ਼ ਨਿਭਾਉਂਦਾ ਹੈ, ਬਸ ਹੈ ਜਾਂ ਨਹੀਂ ਇਹ ਮੈਟਰ ਨਹੀਂ ਕਰਦਾ, ਬਸ ਉਹ ਫਰਜ਼ ਨਿਭਾਉਂਦਾ ਹੈ, ਇਹ ਮੇਰਾ ਫਰਜ਼ ਹੈ। ਨਾਨੀ ਨੇ ਗਾਣਾ ਲਾਇਆ, ਕਿਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਭਾਈ ਜੇਖਾ ਜੀ ਜਦੋਂ ਲਾਹੌਰ ਦੇ ਆਪਣੇ ਘਰ ਦੇ ਦਰਵਾਜ਼ੇ ਨੂੰ ਤਾਲਾ ਲਾਉਂਦੀ ਹੈ ਨਾਨੀ, ਤੇ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠੇ ਨੇ ਕਿਹਾ ਸੀ ਨਾਨੀ ਕੀ ਗੱਲ ਆਪਣੇ ਘਰ ਨੂੰ ਤਾਲਾ ਲਾ ਚੁੱਕੇ ਹੋ, ਫਿਰ ਦੁਬਾਰਾ ਨਹੀਂ ਆਉਣਾ। ਨਾਨੀ ਨੇ ਆਖਿਆ ਸੀ ਪੁੱਤਰ ਘਰ ਤਾਂ ਆਪਣਾ ਹੈ ਇਹ, ਪਰ ਘਰ ਵਿੱਚ ਸਾਂਭਣ ਵਾਲਾ ਕੋਈ ਨਹੀਂ, ਕਿਉਂ? ਕਿਉਂਕਿ ਸਾਰਿਆਂ ਨੇ ਮੁੱਖ ਮੋੜ ਲਿਆ, ਆਪਣਿਆਂ ਨੇ ਮੁੱਖ ਮੋੜ ਲਿਆ, ਜਦੋਂ ਆਪਣੇ ਫਰਜ਼ ਨਿਭਾਉਣ ਤੋਂ ਮੁਨਕਰ ਹੋ ਜਾਣ ਫਿਰ ਕੋਈ ਨਾ ਕੋਈ ਤੇ ਸੰਭਾਲਦਾ ਹੈ। ਨਾਨੀ ਨੇ ਆਖਿਆ ਪੁੱਤਰ ਮੇਰੇ ਨਾਲ ਚਲੋ, ਲੈ ਕੇ ਭਾਈ ਜੇਠਾ ਜੀ ਨੂੰ ਆਪਣੇ ਨਾਲ ਪਿੰਡ ਵਸ ਕੇ
ਉਥੋਂ ਫਿਰ ਲੈ ਆਏ ਜਦੋਂ ਗੁਰੂ ਅਮਰਦਾਸ ਜੀ ਨੇ ਮੈਨੂੰ ਵਸਾਇਆ ਗੋਬਿੰਦਵਾਲ ਸਾਹਿਬ। ਗੋਬਿੰਦਵਾਲ ਸਾਹਿਬ ਫਿਰ ਨਾਨੀ ਗੁਰੂ ਰਾਮਦਾਸ ਜੀ ਨੂੰ ਭਾਈ ਜੇਠਾ ਜੀ ਦੇ ਰੂਪ ਵਿੱਚ ਲੈ ਆਏ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ। ਫਿਰ ਇੱਥੇ ਇਤਿਹਾਸ ਕਹਿੰਦਾ 21 ਸਾਲ ਸੇਵਾ ਕੀਤੀ ਗੁਰੂ ਰਾਮਦਾਸ ਸਾਹਿਬ ਜੀ। 21 ਸਾਲ ਉੱਥੇ ਜਿਹੜਾ ਚੁਬਾਰਾ ਬਣਿਆ ਗੋਬਿੰਦਵਾਲ ਸਾਹਿਬ ਦੀ ਧਰਤੀ ਜਿਹੜੀ ਹੈ ਨਾ ਉਹ ਰੂਹਾਨੀਅਤ ਨਾਲ ਭਰੀ ਹੋਈ ਧਰਤੀ ਹੈ। ਕਿਉਂਕਿ ਵੇਖੋ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਗੁਰਗੱਦੀ ਤੇ ਬੈਠਦੇ, ਗੁਰੂ ਰਾਮਦਾਸ ਪਾਤਸ਼ਾਹ ਗੁਰਗੱਦੀ ਤੇ ਬੈਠਦੇ, ਇਸੇ ਧਰਤੀ ਤੇ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਨਮ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ। ਇਸ ਧਰਤੀ ਇਹ ਰੂਹਾਨੀਅਤ ਭਰੀ ਧਰਤੀ ਹੈ ਜਿਸ ਚੁਬਾਰੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ। ਥੱਲੇ ਖੂਹੀ ਹੈ, ਅੱਜ ਵੀ ਇਤਿਹਾਸ ਤੁਸੀਂ ਜਾ ਕੇ ਵੇਖਿਆ ਹੋਣਾ, ਉੱਪਰ ਚੁਬਾਰਾ ਨੀਚੇ ਖੂਹੀ ਹੈ। ਉੱਪਰ ਚੁਬਾਰੇ ਵਿੱਚ ਬੈਠੇ ਨੇ ਮਾਤਾ ਨਨਸਾ ਦੇਵੀ, ਗੁਰੂ ਅਮਰਦਾਸ ਸਾਹਿਬ ਜੀ ਆਖਿਆ ਆਪਣੀ ਬੇਟੀ ਭਾਨੀ ਵਿਆਹ ਯੋਗ ਹੋ ਗਈ ਹੈ, ਕੋਈ ਵਾਰ ਹੋਵੇ ਤੇ ਆਖਿਆ ਗੁਰੂ ਅਮਰਦਾਸ ਜੀ ਕਹਿੰਦੇ ਕੈਸਾ ਹੋਵੇ ਤੇ ਨੀਚੇ ਇਹ ਜਲ ਛਕਾਉਣ ਦੀ ਸੇਵਾ ਕਰ ਰਹੇ ਸਨ। ਜੋ ਸਾਡੀ ਲਿਖਤਾਂ ਦੇ ਵਿੱਚ ਆਉਂਦਾ ਹੈ ਇਤਿਹਾਸ ਦਾ ਵਚਨ, ਗੁਰੂ ਰਾਮਦਾਸ ਜੀ ਨੀਚੇ ਉਹ ਖੋਈ ਤੇ ਜਲ ਛਕਾ ਰਹੇ ਸਨ ਸੰਗਤਾਂ ਨੂੰ। ਮਾਤਾ ਮਨਸਾ ਦੇਵੀ ਨੇ ਉੱਤੋਂ ਆਖਿਆ ਸਤਿਗੁਰੂ ਜੇ ਹੋਵੇ ਤੇ ਭਾਈ ਜੇਠੇ ਵਰਗਾ ਹੋਵੇ। ਤੇ ਉਸ ਸਮੇਂ ਗੁਰੂ ਅਮਰਦਾਸ ਕਹਿੰਦੇ ਮਨਸਾ ਦੇਵੀ ਜੀ ਇਸ ਵਰਗਾ ਤੇ ਕੇਵਲ ਇਹੀ ਹੈ, ਕੋਈ ਹੋਰ ਨਹੀਂ। ਯੋਗ ਜਾਣ ਕੇ ਤੁਸੀਂ ਸਾਰੇ ਜਾਣਦੇ ਹੋ ਮੈਂ ਕੇਵਲ 25 ਚਾਰ ਸਤਿਗੁਰੂ ਜੀ ਦੀ ਸ਼ਾਦੀ ਕਰ ਦਿੱਤੀ ਗਈ ਭਾਈ ਜੇਠਾ ਜੀ ਦੀ, ਗੁਰੂ ਰਾਮਦਾਸ ਸਾਹਿਬ ਜੀ ਦੀ ਮਾਤਾ ਭਾਨੀ ਜੀ ਦੇ ਨਾਲ। ਮੈਂ ਮਾਤਾ ਜੀ ਸ਼ਬਦ ਵਰਤਾਂਗਾ, ਮਾਤਾ ਭਾਨੀ ਜੀ ਨਾਲ ਸ਼ਾਦੀ ਹੋ ਗਈ। ਸਮਾਂ ਲੰਘਿਆ, ਗੁਰੂ ਰਾਮਦਾਸ ਜੀ ਦੇ ਘਰ ਨੇ ਤੇ ਇੱਕ ਹੋਰ ਵਚਨ ਕਰਨ ਯੋਗ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਿਤਨਾ ਸਮਾਂ ਗੁਰੂ ਅਮਰਦਾਸ ਜੀ ਦੀ ਛਤਰ ਛਾਇਆ ਵਿੱਚ ਲੰਘਦਾ ਹੈ। ਹੁਣ ਆਪਾਂ ਅੱਗੇ ਵਚਨ ਕਰਾਂਗੇ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਘਰ, ਭਾਈ ਜੇਠਾ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖ ਤੋਂ ਸਨ 1557 ਵਿੱਚ ਇੱਕ ਪੁੱਤਰ ਦਾ ਜਨਮ ਹੁੰਦਾ ਹੈ, ਸਭ ਤੋਂ ਵੱਡੇ ਦਾ, ਜਿਹਦਾ ਨਾਮ ਰੱਖਿਆ ਗਿਆ ਪ੍ਰਿਥਵੀ ਚੰਦ। 13 ਸਾਲ ਬੀਤ ਗਏ, ਸਨ 1507 ਵਿੱਚ ਫਿਰ ਇੱਕ ਹੋਰ ਬੱਚੇ ਦਾ ਜਨਮ ਹੋਇਆ ਜਿਹਦਾ ਨਾਮ ਰੱਖਿਆ ਗਿਆ ਮਹਾਂਦੇਵ। ਫਿਰ 1563 ਈਸਵੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਜਨਮ ਹੁੰਦਾ ਹੈ। ਕਦੋਂ? ਸਨ 1563 ਵਿੱਚ ਮਾਤਾ ਭਾਨੀ ਜੀ ਦੀ ਕੁੱਖ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ। ਹੁਣ ਇਤਿਹਾਸ ਕਹਿੰਦਾ ਹੈ 11 ਸਾਲ ਦੀ ਉਮਰ ਤੱਕ, 11 ਸਾਲ ਲਗਾਤਾਰ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਸੰਗਤ ਕਰਦੇ ਨੇ, ਉਹਨਾਂ ਦਾ ਸਾਥ ਸਾਥ ਨਿਭਾਉਂਦੇ ਨੇ, ਨਾਲ ਰਹਿੰਦੇ ਨੇ ਹਮੇਸ਼ਾ। 1563 ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਸਨ 1574 ਵਿੱਚ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਬਣੇ ਸਨ ਭਾਈ ਜੇਠਾ ਜੀ। ਉਸ ਤੋਂ ਬਾਅਦ ਸਨ 1581 ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਬਣਦੇ ਨੇ। ਥੋੜ੍ਹੀ ਜਿਹੀ ਰਹੋ ਵਿਚਾਰ, ਸਮਾਂ ਆਪਣੀ ਚਾਲ ਚੱਲਦਾ ਗਿਆ। ਤੁਸੀਂ ਵੇਖੋ 11 ਸਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਦੀ ਸੰਗਤ ਮਾਣੀ ਹੈ। ਉੱਥੇ ਬੜੀਆਂ ਸਾਖੀਆਂ ਪ੍ਰਚਲਿਤ ਨੇ ਇਤਿਹਾਸ ਦੀਆਂ, ਤੁਸੀਂ ਜਾਣਦੇ ਹੋ ਸਾਖੀਆਂ ਨੂੰ। ਜਦੋਂ ਇੱਕ ਵਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਜੇ ਥੋੜ੍ਹੇ ਛੋਟੇ ਨੇ, ਰਿੜਦੇ ਨੇ, ਰਿੜਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਚਲੇ ਗਏ ਗੁਰੂ ਅਮਰਦਾਸ ਜੀ ਦੇ ਕਮਰੇ ਦੇ ਅੰਦਰ, ਜਿੱਥੇ ਪਾਤਸ਼ਾਹ ਬੈਠ ਕੇ ਭਗਤੀ ਕਰ ਰਹੇ ਸਨ ਸਿਮਰਨ। ਤੇ ਗੁਰੂ
ਅਰਜਨ ਦੇਵ ਸਾਹਿਬ ਜੀ ਨੇ ਜਾਗੇ ਉਹ ਪਾਵੇ ਨੂੰ ਹਿਲਾਇਆ, ਜਦੋਂ ਚੜ੍ਹ ਕੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕੋ ਦਮ ਉਧਰੋਂ ਮਾਤਾ ਧਾਨੀ ਜੀ ਵੀ ਆ ਗਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਵੀ ਇਹ ਕਿਹੜਾ ਭਾਰੀ ਪੁਰਖ ਹੈ ਜਿਸਨੇ ਸਾਡੀ ਮੰਜੀ ਨੂੰ ਹਿਲਾ ਦਿੱਤਾ। ਤੇ ਉਸ ਸਮੇਂ ਮਾਤਾ ਧਾਨੀ ਜੀ ਨੇ ਆਖਿਆ ਕਿ ਸਤਿਗੁਰੂ ਜੀ ਇਹ ਤੁਹਾਡਾ ਦੋਹਿਤਾ ਹੈ, ਮਹਾਰਾਜ ਇਹ ਤੁਹਾਡਾ ਦੋਹਿਤਾ ਹੈ। ਗੁਰੂ ਅਮਰਦਾਸ ਕਹਿੰਦੇ ਦੋਹਿਤੇ ਤਾਂ ਹੋਰ ਵੀ ਨੇ, ਲੋਕ ਦੋਹਿਤੇ ਤਾਂ ਹੋਰ ਵੀ ਨੇ, ਪਰ ਇਹ ਕਿਹੜਾ ਹੈ? ਆਖਿਆ ਇਹ ਸਭ ਤੋਂ ਛੋਟਾ ਹੈ, ਇਹ ਅਰਜਨ ਦੇਵ। ਤੇ ਗੁਰਮੁਖੋ ਸਤਿਗੁਰੂ ਕਹਿੰਦੇ ਆਓ ਮੇਰੀ ਗੋਦ ਵਿੱਚ ਬਿਠਾਓ। ਮਾਤਾ ਧਾਨੀ ਨੇ ਚੁੱਕੇ ਗੋਦ ਵਿੱਚ ਬਿਠਾ ਦਿੱਤਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਇੱਕ ਤਾਂ ਦੋਹਿਤਾ ਹੀ ਨਹੀਂ, ਸਤਿਗੁਰਾਂ ਨੇ ਪਾਤਸ਼ਾਹ ਬਾਣੀ ਲਿਖਿਆ ਤੇ ਜਨਮਤ ਮਹਾਰਾਜ ਦੇ ਬਾਰੇ ਜ਼ਿਕਰ ਕੀਤਾ ਹੈ। ਗੁਰੂ ਅਰਜਨ ਦੇਵ ਸਾਹਿਬ ਤੁਸੀਂ ਜਨਮ ਤੋਂ ਗੁਰੂ ਹੋ ਤੇ ਆਖਿਆ ਵੀ ਜਿਹੜਾ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨਾ ਚਿੱਤ ਲਾ ਕੇ ਯਾਦ ਕਰੇਗਾ, ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਰਾਧਨਾ ਕਰੇਗਾ। ਆਖਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਆ। ਜਿਤਨੀ ਵਾਰ ਵੀ ਤਕਰੀਬਨ 21 ਵਾਰ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਦਾ ਨਾਮ ਲਿਆ ਤੇ ਇੱਥੇ ਲਿਖੇ ਗੁਰੂ ਅਰਜਨ, ਅਰਜਨ ਸ਼ਬਦ ਦਾ ਜ਼ਿਕਰ ਕੀਤਾ। ਕੇਵਲ ਭਾਈ ਸੰਤਾ ਤੇ ਬਲਵੰਤ ਜੀ ਜਿਹੜੇ ਨੇ ਨਾ, ਭਾਈ ਸੰਤਾ ਤੇ ਬਲਵੰਤ ਉਹਨਾਂ ਨੇ ਸ਼ਬਦ ਵਰਤੇ ਅਰਜਨ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰੂ ਦਾ ਕਿਵੇਂ ਚੱਲੋ। ਪਰ ਭਗਤ ਸਾਹਿਬਾਨ ਨੇ ਜਿੰਨੀ ਵਾਰ ਵੀ ਜ਼ਿਕਰ ਕੀਤਾ ਹੈ ਉਹ ਕੀਤਾ ਹੈ ਅਰਜੁਨ। ਇਹਦਾ ਅਰਥ ਕੀ ਹੈ ਅਰਜੁਨ ਦਾ? ਅਰਧ ਅਰਧਾ ਅਰਥ ਹੈ ਵੈਰੀ, ਜੁਣ ਦਾ ਅਰਥ ਹੈ ਇੱਕ ਤਾਂ ਹੁੰਦਾ ਹੈ ਜੂਝਣਾ, ਜੂਝਣਾ ਜੁਣ ਦਾ ਅਰਥ ਹੈ ਜਿਸਨੇ ਜਿੱਤ ਪ੍ਰਾਪਤ ਕਰ ਲਈ ਹੈ, ਜਿੱਤ ਜਾਣਾ, ਜੂਝਣਾ ਦੀ ਜਿੱਤ ਜਾਣਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਸ਼ਖਸੀਅਤ ਹਨ, ਉਹ ਸਤਿਗੁਰੂ ਨੇ ਜਿਨ੍ਹਾਂ ਨੇ ਆਪਣੇ ਅੰਦਰਲੇ ਤੇ ਬਾਹਰਲੇ ਸਾਰੇ ਵੈਰੀਆਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ। ਇਸ ਕਰਕੇ ਭਗਤ ਸਾਹਿਬਾਨ ਕਹਿੰਦੇ ਐ ਦੁਨੀਆਂ ਦੇ ਲੋਕੋ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਉਸ ਤੋਂ ਅਗਲਾ ਇਤਿਹਾਸ ਸਾਰਾ ਸ਼ਹੀਦੀ ਦਾ। ਆਪ ਜੀ ਨੂੰ ਗੁਰੂ ਕੇ ਢਾਡੀ ਸਿੰਘ ਸਾਡੇ ਬਹੁਤ ਹੀ ਸਤਿਕਾਰਯੋਗ, ਇਹ ਆਪ ਜੀ ਨੂੰ ਸ਼ਰਵਣ ਕਰਵਾਉਣਗੇ। ਸਮਾਂ ਹੋ ਚੁੱਕਾ ਹੈ, ਸਮੇਂ ਨੂੰ ਆਪਾਂ ਮੁੱਖ ਰੱਖਣਾ ਹੈ। ਜਿਹੜਾ ਸਮੇਂ ਦੀ ਕਦਰ ਕਰਦਾ ਹੈ, ਸਮਾਂ ਫਿਰ ਉਹਦੀ ਇੱਜ਼ਤ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਨ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅੱਜ ਸ਼ਹੀਦੀ ਦਿਹਾੜਾ, ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੜਾ ਦੁਬਾਇਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ। ਅੱਧੀ ਕਵਿਤਾ ਕੇਵਲ ਅਖੀਰ ਸੀ ਬਸ, ਸਾਰੀ ਜ਼ਿੰਦਗੀ ਟਪਾਇਆ ਪਰ ਫਿਰ ਵੀ ਨਾ ਕੋਈ ਟਪਾ ਸਕਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਤਿਗੁਰੂ ਜੀ ਕਿਰਪਾ ਕਰਨ, ਐਸਾ ਸ਼ਬਰ ਐਸਾ ਸਿੱਧਕ ਸਾਡੀ ਝੋਲੀ ਵਿੱਚ ਵੀ ਪਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਦਾਨਪੁਰ ਧੰਨਵਾਦ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ, ਆਪ ਸਾਰੀਆਂ ਸੰਗਤਾਂ ਦਾ, ਸਾਡੇ ਇੱਥੋਂ ਦੇ ਇਲਾਕੇ ਦੇ ਸਾਡੇ ਜੋ ਮੈਂਬਰ ਸਾਹਿਬਾਨ ਹਨ, ਸਰਦਾਰ ਹਰਪ੍ਰੀਤ ਸਿੰਘ ਜੀ ਬਲੋਲੀ, ਸਾਡੇ ਵੱਡੇ ਵੀਰ ਸਰਦਾਰ ਪ੍ਰਤਾਪ ਸਿੰਘ ਜੀ ਬਿਲਾਸਪੁਰ ਅਤੇ ਹੋਰ ਸਾਰਾ ਸਟਾਫ ਇਸ ਸਥਾਨ ਦਾ, ਸਾਰਿਆਂ ਦਾ ਧੰਨਵਾਦ ਜਿਹੜੇ ਵੇਖੋ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਦੇ ਨੇ, ਇਹ ਪਾਵਨ ਜਿਹੜੇ ਨੇ ਦਿਹਾੜੇ ਬਣਾ ਕੇ ਤਾਂ ਕਿ ਸਿੱਖ ਸੰਗਤ ਗੁਰੂ ਚਰਨਾਂ ਨਾਲ ਜੁੜੇ। ਮੀਡੀਆ ਵਾਲੇ ਵੀਰਾਂ ਦਾ ਜੋ ਲਾਈਵ ਕਰਦੇ ਨੇ ਸਰੂਲੀ ਤੋਂ, ਚੈਨਲ ਵਾਲਿਆਂ ਦਾ ਸਭ ਦਾ ਧੰਨਵਾਦ, ਆਪ ਸਾਰੀਆਂ ਸੰਗਤਾਂ ਦਾ। ਕੁਲ ਚੁੱਕ ਜੀ ਕੀ ਮਾਂ ਪ੍ਰਵਾਨੋ ਜੀ ਫਤਿਹ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਰਮਨ ਪਿਆਰੇ ਸਿਮਰਜੀਤ ਸਿੰਘ ਜੀ ਮਜੋਖਾ ਸਾਹਿਬ ਤੋਂ ਜੀ।